ਬਿੱਲੇ ਨੂੰ ਬੋਲ, ਮੈਂ ਕਰਦਾ ਹੁਣ। ਹੈਲੋ ਬਿੱਲੇ, ਕਿੱਥੇ ਰਹਿ ਗਿਆ ਯਾਰ? ਹੈਲੋ, ਤੈਨੂੰ ਕਿੰਨੀ ਵਾਰੀ ਕਿਹਾ ਜਦੋਂ ਇੱਦਾਂ ਦੀ ਗੱਲ ਕਰਨੀ ਹੁੰਦੀ ਹੈ ਮੈਸੇਜ ਕਰਿਆ ਕਰੋ ਯਾਰ। ਕੀ ਗੱਲ ਆ ਯਾਰ ਅੱਜ? ਬਸ ਆ ਜਾ ਤੂੰ ਯਾਰ। ਆਵਾਂ ਕਿਵੇਂ? ਇਹਨੇ ਆਉਣ ਨਹੀਂ ਦੇਣਾ, ਕੋਈ ਬਹਾਨਾ ਦੱਸੋ ਯਾਰ। ਉਹ ਮੇਰੇ ਯਾਰ ਦਾ ਵਿਆਹ ਮਾਰ ਦੇ ਕੱਲਾ। ਯਾਰ ਆਊਂਗਾ ਤਾਂ ਮੈਂ 200% ਪਰ ਆਊਂਗਾ ਫੈਮਿਲੀ ਨਾਲ ਹੀ। ਤੈਨੂੰ ਪਤਾ ਨਾ, ਫੈਮਿਲੀ ਤੋਂ ਬਿਨਾਂ ਮੈਂ ਕਿਤੇ ਜਾਂਦਾ ਨਹੀਂ। ਨਾਲੇ ਫੈਮਿਲੀ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ ਨਾ। ਅਤੇ ਤੂੰ ਵੀ ਭਾਬੀ ਨੂੰ ਜ਼ਰੂਰ ਲੈ ਕੇ ਆਵੀਂ। ਓਕੇ ਬਾਏ। ਨੀ ਆ ਗਿਆ ਯਾਰਾਂ ਦਾ ਮੈਨੂੰ ਫੋਨ, ਲੱਗੇ ਆ ਇਕੱਠੇ ਹੋ। ਨੀ ਆ ਗਿਆ ਯਾਰਾਂ ਦਾ ਮੈਨੂੰ ਫੋਨ, ਲੱਗੇ ਆ ਇਕੱਠੇ ਹੋ। ਮੇਰੇ ਨਾਂ ਦਾ ਪੈਗ ਅੱਡ ਰੱਖ ਕੇ ਸਨੈਪ ਸਟੋਰੀਆਂ ਪਾਈ ਜਾਂਦੇ ਆ। ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ। ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਯਾਰ। ਕਦੋਂ ਦਾ ਸੋਚਾਂ ਪਾਵਾਂ ਕੀ ਕਹਾਣੀ ਮੈਂ, ਤੈਨੂੰ ਕੀ ਦੱਸਾਂ ਹੁਣ ਕਿਉਂ ਨੀ ਰੋਟੀ ਖਾਣੀ ਮੈਂ। ਨੀ ਮੈਂ ਕਦੋਂ ਦਾ ਸੋਚਾਂ ਪਾਵਾਂ ਕੀ ਕਹਾਣੀ ਮੈਂ, ਤੈਨੂੰ ਕੀ ਦੱਸਾਂ ਹੁਣ ਕਿਉਂ ਨੀ ਰੋਟੀ ਖਾਣੀ ਮੈਂ। ਮੈਨੂੰ ਘਰੇ ਬੈਠੇ ਨੂੰ ਬਿਸਕੀ ਵਾਲੇ ਕੀੜੇ ਖਾਈ ਜਾਂਦੇ ਆ। ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ। ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਯਾਰ। ਕਰਾਂ ਸ਼ੁਕਰ ਬੜਾ ਸ਼ਿਵ ਜੋਤ ਨੂੰ ਛੁੱਟੀ ਦੇ ਦੇਵੇਂ, ਜਾ ਕਰ ਲੈ ਫਨ ਯਾਰਾਂ ਨਾਲ ਜੇ ਤੂੰ ਕਹਿ ਦੇਵੇਂ। ਕਰਾਂ ਸ਼ੁਕਰ ਬੜਾ ਸ਼ਿਵ ਜੋਤ ਨੂੰ ਛੁੱਟੀ ਦੇ ਦੇਵੇਂ, ਜਾ ਕਰ ਲੈ ਫਨ ਯਾਰਾਂ ਨਾਲ ਜੇ ਤੂੰ ਕਹਿ ਦੇਵੇਂ। ਤੇਰਾ ਹੁਸਨ ਜਾਪਦਾ ਦੇਲ ਤੇ ਨਖਰੇ ਹੋਰ ਸਤਾਈ ਜਾਂਦੇ ਆ। ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ। ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਯਾਰ। ਤਾਂ ਤੀਜਾ ਚੌਥਾ ਲਾ ਲਿਆ ਹੋਣਾ ਏ, ਪੈਗ ਸਿਰਾਂ ਤੇ ਰੱਖ ਕੇ ਭੰਗੜਾ ਪਾ ਲਿਆ ਹੋਣਾ ਏ। ਹੁਣ ਤੱਕ ਤਾਂ ਤੀਜਾ ਚੌਥਾ ਲਾ ਲਿਆ ਹੋਣਾ ਏ, ਪੈਗ ਸਿਰਾਂ ਤੇ ਰੱਖ ਕੇ ਭੰਗੜਾ ਪਾ ਲਿਆ ਹੋਣਾ ਏ। ਅੰਗਰੇਜ਼ੀ ਵਾਲੀ ਮੈਡਮ ਲਾ ਕੇ ਹੇਕਾਂ ਲਾਈ ਜਾਂਦੇ ਆ। ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ।